ਐਬਟਾਬਾਦ ਦੇ ਇਲਾਕੇ ਦੇ ਕੁਝ ਹਿੰਦੂ ਤੇ ਸਿੱਖ ਇਕੱਠੇ ਹੋ ਕੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਸ਼ਿਕਾਇਤ ਲੈ ਕੇ ਆਏ। ਸ਼ਿਕਾਇਤ ਲਾ ਕੇ ਆ ਕੇ ਪਤਾ ਕੀ ਕਹਿੰਦੇ ਨੇ, ਕਹਿੰਦੇ ਜੀ ਮੁਸਲਮਾਨਾਂ ਦੀ ਅਜ਼ਾਨ ਬੰਦ ਕਰਾ ਦਿਓ। ਜਦੋਂ ਸਵੇਰੇ ਕੇ ਨਮਾਜ਼ੇ ਫਜ਼ਰ ਦੀ ਅਜ਼ਾਨ ਦਿੰਦੇ ਨੇ ਨਾ, ਤੇ ਉਸ ਅਜ਼ਾਨ ਦੇ ਨਾਲ ਸਾਡੀ ਨੀਂਦ ਖੁੱਲ ਜਾਂਦੀ ਹੈ, ਇਹਨਾਂ ਦੀ ਅਜ਼ਾਨ ਬੰਦ ਕਰਾ ਦਿਓ। ਤੇ ਸ਼ੇਰੇ ਪੰਜਾਬ ਕਹਿੰਦਾ ਕਿ ਜਿੰਨਾ ਚਿਰ ਦੂਜੀ ਧਿਰ ਨੂੰ ਨਹੀਂ ਬੁਲਾਇਆ ਜਾਂਦਾ ਉਹਨਾਂ ਚਿਰ ਮੈਂ ਫੈਸਲਾ ਨਹੀਂ ਦੇਣਾ। ਆਪਣਾ ਕਾਸਦ ਮਸੰਜਰ ਭੇਜਿਆ ਗਿਆ ਤੇ ਦੂਜੀ ਧਿਰ ਨੂੰ ਵੀ ਬੁਲਾਇਆ ਗਿਆ। ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਬਾਰ ਲਾ ਕੇ ਬੈਠਾ, ਇੱਕ ਪਾਸੇ ਉਸ ਪਿੰਡ ਦੇ ਮੁਸਲਮਾਨ ਖੜੇ ਨੇ, ਇੱਕ ਪਾਸੇ ਹਿੰਦੂ ਤੇ ਸਿੱਖ ਖੜੇ ਨੇ। ਰਣਜੀਤ ਸਿੰਘ ਕਹਿੰਦਾ ਹੁਣ ਤੋਂ ਕੀ ਸ਼ਿਕਾਇਤ ਹੈ ਤੁਹਾਡੀ? ਉਹ ਕਹਿੰਦੇ ਸ਼ਿਕਾਇਤ ਇਹ ਹੈ ਕਿ ਸਵੇਰੇ ਨਮਾਜ਼ੇ ਫਜ਼ਰ ਦੀ ਅਜ਼ਾਨ ਪੜ੍ਹਦੇ ਨੇ, ਸਾਡੀ ਨੀਂਦ ਖੁੱਲ ਜਾਂਦੀ ਹੈ, ਅਜ਼ਾਨ ਬੰਦ ਕਰਾਈ ਜਾਵੇ। ਤੇ ਸ਼ੇਰੇ ਪੰਜਾਬ ਮੁਸਲਮਾਨਾਂ ਨੂੰ ਕਹਿੰਦਾ ਅਜ਼ਾਨ ਕਿਉਂ ਦਿੰਦੇ? ਉਹ ਕਹਿੰਦੇ ਇਸ ਕਰਕੇ ਕਿ ਸਾਡੀ ਉਸ ਵੇਲੇ ਦੁਆ ਦਾ ਨਮਾਜ਼ ਦਾ ਵਕਤ ਹੋ ਜਾਂਦਾ ਹੈ, ਤੇ ਅਸੀਂ ਸਾਰੇ ਲੋਕਾਂ ਨੂੰ ਇਸਲਾਮ ਦੇ ਧਾਰਨੇ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਕਿਸੇ ਦੀ ਨਮਾਜ਼ ਮਿਸ ਨਾ ਹੋ ਜਾਵੇ, ਕੋਈ ਬੰਦਗੀ ਤੋਂ ਬਿਨਾਂ ਨਾ ਰਹਿ ਜਾਵੇ। ਤੇ ਸ਼ੇਰੇ ਪੰਜਾਬ ਕਹਿੰਦਾ ਤੁਹਾਡਾ ਅਜ਼ਾਨ ਦਾ ਪ੍ਰਯੋਜਨ ਤਾਂ ਇੰਨਾ ਹੀ ਹੈ ਨਾ ਕਿ ਲੋਕ ਨਮਾਜ਼ ਪੜ੍ਹ? ਕਹਿੰਦੇ ਬਿਲਕੁਲ ਇੰਨਾ ਹੀ ਹੈ। ਤੇ ਉਹ ਹਿੰਦੂਆਂ ਤੇ ਸਿੱਖਾਂ ਦੇ ਵੱਲ ਉਂਗਲ ਕਰਕੇ ਕਹਿੰਦਾ, ਕਹਿੰਦਾ ਕੱਲ ਤੋਂ ਇਹ ਅਜ਼ਾਨ ਨਹੀਂ ਪੜ੍ਹਨਗੇ, ਪਰ ਤੁਸੀਂ ਆਪਣੀਆਂ ਡਿਊਟੀਆਂ ਵੰਡ ਲਓ, ਇਹ ਨਮਾਜ਼ੇ ਫਜ਼ਰ ਤੋਂ ਪਹਿਲਾਂ ਤੁਸੀਂ ਘਰ ਘਰ ਜਾ ਕੇ ਇਹਨਾਂ ਨੂੰ ਜਗਾਇਆ ਕਰੋ। ਉਹ ਕਹਿੰਦੇ ਨਹੀਂ ਜੀ, ਇਹ ਕੰਮ ਔਖਾ ਹੈ, ਇਹਨਾਂ ਨੂੰ ਕਹਿ ਦਿਓ ਆਪਣੀ ਅਜ਼ਾਨ ਦੇ ਜਾ ਕਰੋ।